ਮੋਹਾਲੀ ਜ਼ਿਲ੍ਹੇ ਦੇ ਫੇਸ 3A ਦੇ ਵਿੱਚ ਇੱਕ CCTV ਸਾਹਮਣੇ ਆਈ ਸੀ ਜਿਹਦੇ ਵਿੱਚ ਇੱਕ 5 ਸਾਲ ਦੇ ਮਾਸੂਮ ਬੱਚੇ ਨੂੰ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਉਸ ਤੋਂ ਬਾਅਦ ਪੁਲਿਸ ਦੇ ਕੋਲ ਮਾਮਲਾ ਪਹੁੰਚਦਾ ਹੈ ਅਤੇ ਪੁਲਿਸ ਨੇ ਮਾਮਲਾ ਦਰਜ ਕਰਨ ਤੋਂ ਬਾਅਦ ਉਹਦੀ ਭਾਲ ਜਿਹੜੀ ਹੈ ਸ਼ੁਰੂ ਕੀਤੀ। ਹਾਲਾਂਕਿ ਹੁਣ ਫਾਈਨਲੀ ਉਹ ਪੁਲਿਸ ਦੇ ਹੱਥੇ ਚੜ ਚੁੱਕਿਆ, ਗ੍ਰਿਫਤਾਰੀ ਹੋ ਚੁੱਕੀ ਹੈ। ਇਹ ਪੂਰਾ ਮੈਟਰ ਜਿਹੜਾ ਇਨਵੈਸਟੀਗੇਟ ਕੀਤਾ ਗਿਆ ਔਰ ਜਦ ਇਹ ਵੀਡੀਓ ਵਾਇਰਲ ਹੁੰਦੀ ਹੈ ਤਾਂ ਹਰ ਕੋਈ ਸਮਾਜ ਦਾ ਜਿਹੜਾ ਪਰਸਨ ਹੈ ਉਹ ਨਾਰਾਜ਼ ਸੀ ਕਿਉਂਕਿ ਛੋਟੇ ਜਿਹੇ ਬੱਚੇ ਨੂੰ ਇਸ ਤਰ੍ਹਾਂ ਦੀ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਗਈ। ਸਾਡੇ ਨਾਲ ਡਿਪਟੀ ਸੁਪਰਡੈਂਟੈਂਟ ਆਫ ਪੁਲਿਸ ਅਤੇ SHO ਮਟੌਰ ਅਮਨਦੀਪ ਸਿੰਘ ਨੇ ਸਾਡੇ ਨਾਲ ਨੇ। ਡਿਪਟੀ ਸਾਹਿਬ, ਕਿਉਂਕਿ ਇਹ ਪੂਰਾ ਮਾਮਲਾ ਜਾਂ CCTV ਆਉਂਦੀ ਹੈ, ਕੰਪਲੇਂਟ ਆਉਂਦੀ ਹੈ, ਇਹ ਪੂਰਾ ਮਾਮਲਾ ਕੀ ਸੀ ਅਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਕੀ ਨਿਕਲ ਕਰ ਆਇਆ? ਦੇਖੋ, ਜਿਵੇਂ ਤੁਸੀਂ ਆਪ ਹੀ ਦੱਸਿਆ ਹੈਗਾ ਵੀ ਬੜੀ ਦਿਲ ਕੰਬਾਊ ਘਟਨਾ ਸੀਗੀ। ਜਦੋਂ ਇਸ ਘਟਨਾ ਦੀ ਇਨਫੋਰਮੇਸ਼ਨ ਥਾਣਾ ਮਟੌਰ ਮਿਲੀ ਤਾਂ 30/9/2024 ਨੂੰ ਇਹਦਾ ਪਰਚਾ ਦਰਜ ਕਰ ਲਿਆ ਗਿਆ ਸੀਗਾ। ਲੇਕਿਨ ਉਦੋਂ ਦੋਸ਼ੀ ਦਾ ਨਾਂ ਨਹੀਂ ਸੀ ਪਤਾ ਕੌਣ ਹੈ, ਦੋਸ਼ੀ ਨੂੰ ਲੱਭਿਆ ਗਿਆ। ਬਾਅਦ 'ਚ ਵੀਡੀਓ ਵੀ ਵਾਇਰਲ ਹੋ ਗਈ ਅਤੇ ਲੋਕਾਂ ਨੇ ਕਾਫੀ ਇਸ ਗੱਲ ਦਾ ਗੁੱਸਾ ਵੀ ਕੀਤਾ, ਬਈ ਬੜਾ ਉਹਦੇ ਤੋਂ ਦੇਖ ਕੇ ਹਰ ਬੰਦੇ ਨੂੰ ਹੀ ਬੜਾ ਦਿਲ ਨੂੰ ਮਹਿਸੂਸ ਹੁੰਦਾ ਕਿ ਛੋਟੇ ਬੱਚੇ ਨੂੰ ਮਾਸੂਮ ਨੂੰ ਉਹ ਇਨਸਾਨ ਕੁੱਟ ਰਹੇ ਆ। ਫਿਰ ਉਹਨੂੰ ਜਿਹੜੇ SHO ਸਾਹਿਬ ਨੇ SSP ਸਾਹਿਬ ਦੀਆਂ ਹਦਾਇਤਾਂ ਸੀ, SPCT ਦੀ ਹਦਾਇਤ ਸੀ ਵੀ ਇਹਨੂੰ ਛੇ ਤੋਂ ਛੇਤੀ ਟਰੇਸ ਕਰੋ। ਇਹਨਾਂ ਨੇ ਬੜੀ ਮਿਹਨਤ ਕਰਕੇ ਆਪਣੇ ਸਾਥੀਆਂ ਦੇ ਨਾਲ ਉਹਨੂੰ ਗ੍ਰਿਫਤਾਰ ਕਰਨ 'ਚ ਕਾਮਯਾਬੀ ਹਾਸਲ ਕੀਤੀ ਹੈ ਜੀ। ਤੇ ਇਨੀਸ਼ੀਅਲ ਇਨਵੈਸਟੀਗੇਸ਼ਨ 'ਚ ਕੁਝ ਪਤਾ ਲੱਗਿਆ ਕਿ ਕਿਉਂ, ਰੀਜ਼ਨ ਕੀ ਰਿਹਾ ਕਿ ਬੜੀ ਬੇਰਹਿਮੀ ਦੇ ਨਾਲ ਜਿਹੜਾ ਕੁੱਟਮਾਰ ਕੀਤੀ ਗਈ ਬੱਚੇ ਦੇ ਨਾਲ? ਦੇਖੋ, ਇਟਸ ਵੈਰੀ ਪ੍ਰਾਇਮਰੀ ਸਟੇਜ ਵਾਲੇ ਇਨਵੈਸਟੀਗੇਸ਼ਨ ਦਾ ਬੜੀ ਪ੍ਰਾਇਮਰੀ ਉਹਦੇ 'ਤੇ ਹੈਗੀ ਹੈ। ਉਹਨੂੰ ਅਸੀਂ ਅੱਜ ਹੀ ਗ੍ਰਿਫਤਾਰ ਕੀਤਾ ਹੋਣੀ ਥੋੜ੍ਹਾ ਸਮਾਂ ਪਹਿਲਾਂ, ਅਤੇ ਜਿੰਨਾ ਚਿਰ ਬਿਲਕੁਲ ਸਾਨੂੰ ਬਿਓਂਡ ਡਾਊਟ ਇਹ ਕਲੀਅਰ ਨਹੀਂ ਹੁੰਦਾ ਵੀ ਕੀ ਵਜ੍ਹਾ ਸੀਗੀ, ਉਹਨਾਂ ਚਿਰ ਉਸ ਗੱਲ ਨੂੰ ਅਸੀਂ ਜਿਹੜਾ ਹੈਗਾ ਪ੍ਰੈਸ 'ਚ ਨਹੀਂ ਦੱਸ ਸਕਦੇ ਹੈਗੇ। ਮੈਂ ਸਾਹਿਬ, ਕਿਹੜੇ ਕਿਹੜੇ ਸੈਕਸ਼ਨ ਦੇ ਤਹਿਤ ਇਹ ਮਾਮਲਾ ਦਰਜ ਕੀਤਾ ਗਿਆ? ਸਿੱਖਾ ਸਾਹਿਬ, ਤੁਸੀਂ ਦੱਸੋ ਜੀ। ਇਹ 126(2) ਜੀ, 115(2) ਅਤੇ ਬਾਅਦ 'ਚ ਵਾਧਾ ਜੁਰਮ 109(BNS) ਇਹਦੇ ਧਾਰਾ ਲਾਈਆਂ। ਅਵੇਲੇਬਲ ਹੈ ਸਰ? ਨੋਨ ਅਵੇਲੇਬਲ। ਇਹ ਜੇ ਤੁਸੀਂ ਪੁਰਾਣੀ ਸੈਕਸ਼ਨ ਸਮਝੋ, 307 ਦਾ ਮਸਲਾ ਹੈ। ਓਕੇ, ਅਟੈਂਪਟ ਟੂ ਮਰਡਰ ਹੈ। ਹਰੇ ਨਵੀਆਂ ਸੈਕਸ਼ਨਾਂ ਯਾਦ ਨਹੀਂ ਲੋਕਾਂ ਨੂੰ, ਪੁਰਾਣੀ 307 ਯਾਦ ਹੈ। 307 ਯਾਦ ਹੈ, 307। ਤੇ ਸਰ, ਇਹ ਅੱਗੇ ਇਨ ਫਿਊਚਰ ਨਾ ਹੋਣ, ਕਿਉਂਕਿ ਲਗਾਤਾਰ SHO ਸਾਹਿਬ ਵੀ ਇਹਦੇ ਵਿੱਚ ਲੱਗੇ ਹੋਏ ਸੀ, ਕਿ ਇਹ ਅੱਗੇ ਇਨ ਫਿਊਚਰ ਨਾ ਹੋਣ, ਉਸ ਨੂੰ ਲੈ ਕੇ ਲੋਕਾਂ ਨੂੰ ਕਿਸ ਤਰ੍ਹਾਂ ਦਾ ਮੈਸੇਜ ਹੈ? ਕਿਉਂਕਿ ਕਈ ਲੋਕ ਅੱਗੇ ਆਣਗੇ, ਕਿਉਂਕਿ ਪਹਿਲਾਂ ਤਾਂ ਇਹੀ ਸੀਗਾ ਕਿ ਕੋਈ ਕੰਪਲੇਂਟ ਹੀ ਨਹੀਂ ਦੇ ਰਿਹਾ ਸੀ। ਦੇਖੋ, ਇਹ ਸਭ ਤੋਂ ਜਿਹੜੀ ਵੱਡੀ ਗੱਲ ਹੈਗੀ ਹੈ, ਪੁਲਿਸ ਦੀ ਤਾਂ ਪ੍ਰਾਇਮਰੀ ਡਿਊਟੀ ਹੈ। ਅਸੀਂ ਤਾਂ ਕੋਈ ਕ੍ਰਾਈਮ ਹੁੰਦਾ ਹੈਗਾ, ਕੋਈ ਰਿਪੋਰਟਿੰਗ ਕਰੇ ਨਾ ਕਰੇ, ਸਾਡੀ ਡਿਊਟੀ ਹੈ। ਅਸੀਂ ਉਹਨੂੰ ਲੱਭਣਾ ਵੀ ਹੈ, ਟਰੇਸ ਵੀ ਕਰਨਾ ਹੈ, ਰਜਿਸਟਰਡ ਵੀ ਕਰਨਾ ਹੈ, ਇਨਸਾਨ ਨੂੰ ਗ੍ਰਿਫਤਾਰ ਵੀ ਕਰਨਾ, ਸਜ਼ਾ ਵੀ ਦਵਾਉਣੀ ਹੈ। ਲੇਕਿਨ ਜਿਹੜੀ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਕੋਈ ਵੀ ਚੀਜ਼ ਕਾਮਯਾਬ ਨਹੀਂ ਹੋ ਸਕਦੀ। ਆਪਾਂ ਵਾਰ ਵਾਰ ਅੱਗੇ ਵੀ ਪਹਿਲਾਂ ਕਈ ਵਾਰੀ ਸੈਮੀਨਾਰਸ ਕਰਦੇ ਹਾਂ, ਮੀਟਿੰਗਸ ਕਰਦੇ ਹਾਂ, ਪਬਲਿਕ ਨਾਲ ਵੀ, ਜਿਹੜੀ ਕਮਿਊਨਿਟੀ ਪੁਲਿਸਿੰਗ ਹੈ ਇਹ ਬਹੁਤ ਜ਼ਰੂਰੀ ਹੈ ਅੱਜ ਦੇ ਸਮਾਜ 'ਚ। ਹਰ ਬੰਦੇ ਨੂੰ ਕਮਿਊਨਿਟੀ ਪੁਲਿਸਿੰਗ ਦਾ ਮਸਲਾ ਇਹੀ ਹੈਗਾ ਵੀ ਹਰ ਬੰਦਾ ਆਪਦੀ ਮੋਰਲ ਡਿਊਟੀ ਸਮਝਦੇ, ਜਿਹੜੀ ਜਿੰਨੀ ਕੁ ਪੁਲਿਸਿੰਗ ਉਹ ਕਰ ਸਕਦਾ, ਉਹਦੇ ਸਾਹਮਣੇ ਕੋਈ ਜੁਰਮ ਹੁੰਦਾ ਉਹਦੀ ਰਿਪੋਰਟ ਕਰੇ, ਬਾਈ ਨੇਮ ਸਾਹਮਣੇ ਨਹੀਂ ਆ ਸਕਦਾ ਹੈਗਾ, ਅਨੋਨੀਮਸ ਕਾਲ ਕਰੇ, ਪਰ ਪੁਲਿਸ ਨੂੰ ਜਿੰਨਾ ਕੁ ਸਹਿਯੋਗ ਦੇ ਸਕਦੇ ਹੋ ਉਹ ਦੇਣਾ ਚਾਹੀਦਾ। ਇਹੀ ਇਹਨਾਂ ਚੀਜ਼ਾਂ ਦਾ ਹੱਲ ਹੈਗਾ। ਅਤੇ ਬਿਲਕੁਲ, ਜਿੱਦਾਂ ਸਟੇਸ਼ਨ ਹਾਊਸ ਆਫਿਸਰ ਅਮਨਦੀਪ ਸਿੰਘ ਅਤੇ ਡਿਪਟੀ ਸੁਪਰਡੈਂਟੈਂਟ ਆਫ ਪੁਲਿਸ GS ਬੈਂਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਤਰ੍ਹਾਂ ਦੀ ਕੋਈ ਬਾਈ ਚਾਂਸ ਕੋਈ ਵੀ ਚੀਜ਼ਾਂ ਹੁੰਦੀ ਹੈ ਤਾਂ ਨਾਲ ਦੇ ਨਾਲ ਹੀ ਪੁਲਿਸ ਨੂੰ ਤੁਸੀਂ ਜ਼ਰੂਰ ਇਨਫੋਰਮੇਸ਼ਨ ਦਿਓ। ਹਾਲਾਂਕਿ ਇਸ ਪੂਰੇ ਮਾਮਲੇ 'ਚ ਗ੍ਰਿਫਤਾਰੀ ਹੋ ਚੁੱਕੀ ਹੈ, ਹੋਰ ਵੀ ਇਨਵੈਸਟੀਗੇਸ਼ਨ 'ਚ ਪਤਾ ਲਗਾਇਆ ਜਾ ਰਿਹਾ, ਕਿਉਂਕਿ ਹੁਣ ਉਹਦਾ ਰਿਮਾਂਡ ਲੈ ਕੇ ਪੁੱਛਗਿੱਛ ਜਿਹੜੀ ਕੀਤੀ ਜਾਏਗੀ ਕਿ ਆਖਿਰ ਰੀਜ਼ਨ ਕੀ ਰਿਹਾ, ਕਿਉਂਕਿ ਡੌਗੀ ਦਾ ਇੱਕ ਆ ਰਿਹਾ ਸੀਗਾ ਕਿ ਬੱਚਾ ਨਕਲ ਕਰ ਰਿਹਾ ਸੀ, ਇਹਦੇ 'ਚ ਕਿੰਨੀ ਸੱਚਾਈ ਹੈ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕੀਤੀ ਜਾ ਰਹੀ। ਮੋਹਾਲੀ ਤੋਂ ਕੈਮਰਾਮੈਨ ਸੰਪੇ ਸਿੰਘ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ।